ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਮੇਰੇ ਨਾਲ ਮੌਜੂਦ ਨੇ ਤੀਰਥ ਸਿੰਘ ਭਨੈਕਲ। ਰਿਫਿਊਜ਼ ਕੇਸਿਸ ਨੂੰ PPR ਦਿਵਾਉਣ ਦੇ ਬਾਦਸ਼ਾਹ, ਇੱਕ ਵਾਰੀ ਫੇਰ ਸੀਜ਼ਨ ਸ਼ੁਰੂ ਹੋ ਗਿਆ ਕਿਉਂਕਿ ਰਿਫਿਊਜ਼ਲ ਹੁਣ ਸਪਾਊਸ ਕੇਸਿਸ ਦੇ ਵਿੱਚ ਵੀ ਬਹੁਤ ਸਾਰੇ ਆ ਰਹੇ ਨੇ। ਔਰ ਤੀਰਥ ਜੀ ਤੋਂ ਕਾਰਨ ਜਾਣਾਂਗੇ ਕਿ ਰਿਫਿਊਜ਼ਲ ਇੰਨੇ ਜ਼ਿਆਦਾ ਕਿਉਂ ਆ ਰਹੇ ਨੇ ਅਤੇ ਹੁਣ ਕਿਵੇਂ ਰਿਫਿਊਜ਼ ਕੇਸਿਸ ਨੂੰ PPR ਦਿਵਾਉਣਗੇ। ਤੀਰਥ ਜੀ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਸਰ, ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਤੀਰਥ ਜੀ ਦੱਸਿਓ ਕਾਰਨ ਕੀ ਹੈ, ਬਹੁਤ ਤੇਜ਼ੀ ਨਾਲ ਕਹਿੰਦੇ ਰਿਫਿਊਜ਼ਲ ਸਪਾਊਸ ਵੀਜ਼ਾ ਦੇ ਆ ਰਹੇ ਆ। ਤੇ ਮੈਂ ਸਾਰੇ ਸਟੂਡੈਂਟਸ ਨੂੰ ਸਟਾਰਟਿੰਗ ਦੇ ਵਿੱਚ ਹੀ ਕਹਿਣਾ ਚਾਹੂੰਗਾ ਕਿ ਸਾਡਾ ਮਕਸਦ ਕਦੇ ਵੀ ਡਰਾਉਣਾ ਨਹੀਂ ਹੈਗਾ। ਅੱਜ ਜਿਹੜਾ ਤੁਸੀਂ ਅੱਜ ਭੂਮਿਕਾ ਵੀ ਸ਼ੋਅ ਦੀ ਦੇਖੀ ਹੋਣੀ ਆ ਜਾਂ ਥੰਬਨੇਲ ਵੀ ਦੇਖਿਆ ਹੋਣਾ, ਸਾਰੀ ਕੀ ਹੈ ਸਪਾਊਸ ਵੀਜ਼ਾ ਦੇ ਰਿਫਿਊਜ਼ਲ ਦੀ ਆਪਾਂ ਇਸ ਸ਼ੋਅ 'ਚ ਗੱਲ ਕਰਨੀ ਆ। ਸਿਰਫ ਇੱਕੋ ਮਕਸਦ ਆਪਾਂ ਅਵੇਅਰ ਕਰ ਸਕੀਏ ਤੇ ਜਿਨ੍ਹਾਂ ਨੇ ਨਵੀਆਂ ਫਾਈਲਾਂ ਲਾਉਣੀਆਂ ਤੇ ਜਿਨ੍ਹਾਂ ਦੀ ਰਿਫਿਊਜ਼ਲ ਲੱਗ ਚੁੱਕੀ ਹੈ ਨਾ ਉਹਨਾਂ ਨੂੰ ਹੱਲ ਵੀ ਦੇ ਸਕੀਏ। ਸਿਰਫ ਇੱਕੋ ਹੀ ਮਕਸਦ ਆ ਸਾਡਾ ਜਿਹੜਾ ਕਿ ਇਸ ਸ਼ੋਅ ਦਾ। ਤੇ ਮੈਂ ਭਨੈਕਲ ਤੋਂ ਸਪੈਸ਼ਲੀ ਮੈਂ ਆਪਣੇ ਤੀਰਥ ਸਿੰਘ ਦੀ ਜੇ ਗੱਲ ਕਰਾਂ ਤਾਂ ਅਸੀਂ ਹਮੇਸ਼ਾ ਇਹੀ ਕਿਹਾ ਕਿ ਹਰ ਬੱਚੇ ਦਾ ਸੁਪਨਾ ਜਿਹੜਾ ਪੂਰਾ ਜ਼ਰੂਰ ਹੋਵੇ। ਹਮੇਸ਼ਾ ਹਰ ਬੱਚੇ ਨੂੰ ਮੇਰੀ ਐਡਵਾਈਸ ਹੁੰਦੀ ਹੈ ਕਿ ਸੱਚ ਦੇ ਰਾਹ ਤੇ ਚੱਲ ਜਾਓ, ਲੰਬਾ ਜ਼ਰੂਰ ਹੋ ਜਾਊਗਾ ਸਫ਼ਰ ਪਰ ਸਿਰੇ ਜਿਹੜੇ ਹੀ ਜ਼ਰੂਰ ਪਹੁੰਚੋਗੇ। ਤੇ ਅੱਜ ਮੈਂ ਹੁਣ ਮੁੱਦੇ 'ਤੇ ਆਊਂਗਾ, ਸਪਾਊਸ ਵੀਜ਼ਾ ਦੀਆਂ ਰਿਫਿਊਜ਼ਲਾਂ ਪਿਛਲੇ ਦਿਨਾਂ 'ਚੋਂ ਥੋੜ੍ਹੀਆਂ ਜਿਹੀਆਂ ਸ਼ੁਰੂ ਜ਼ਰੂਰ ਹੋਈਆਂ। ਟਾਈਮਲਾਈਨ ਦੀ ਗੱਲ ਕਰਾਂ, ਨਵੰਬਰ ਦੇ ਪਹਿਲੇ ਹਫ਼ਤੇ ਦੀਆਂ ਜਿਹੜੀਆਂ ਕਿ ਫਾਈਲਸ ਜਿਹੜੀਆਂ ਲੱਗੀਆਂ, ਸੋਰੀ ਨਵੰਬਰ ਮੱਧ ਦੀਆਂ ਫਾਈਲਸ ਜਿਹੜੀਆਂ ਲੱਗੀ ਸੀ ਉਹਨਾਂ ਦੇ ਰਿਜ਼ਲਟ ਆਉਣੇ ਸ਼ੁਰੂ ਹੋ ਚੁੱਕੇ ਆ, ਕਾਫੀ ਆ ਚੁੱਕੇ, ਇੱਕ ਮਹੀਨੇ ਤੋਂ ਜਿਹੜੇ ਨਵੰਬਰ ਦੇ ਰਿਜ਼ਲਟ ਆ ਰਹੇ ਆ। ਹਾਂ, ਟਾਈਮਲਾਈਨ ਸਲੋ ਜ਼ਰੂਰ ਆ, ਬਟ ਜਿਹੜੀ ਕਿ ਅਨਫੋਰਚੁਨੇਟ ਥਿੰਗ ਹੋਈ ਆ, ਥੋੜ੍ਹੇ ਦਿਨਾਂ ਤੋਂ ਰਿਫਿਊਜ਼ਲ ਆਉਣੀਆਂ ਸ਼ੁਰੂ ਹੋਈਆਂ। ਸੋ ਮੈਂ ਟੀਮ ਨੂੰ ਕਹੂੰਗਾ ਜ਼ਰੂਰ ਸੈਂਪਲ ਜਿਹੜਾ ਕਿ ਆ ਦਿਖਾਇਆ ਜਾਵੇ। ਇਹ ਜ਼ਰੂਰ ਤਾਂ ਦਿਖਾ ਰਿਹਾ ਜਦੋਂ ਕਦੀ ਵੀ ਨਾ ਕਿਸੇ ਵੀ ਸਟੂਡੈਂਟ ਦੀ ਐਪਲੀਕੈਂਟ ਦੀ ਰਿਫਿਊਜ਼ਲ ਆਉਂਦੀ ਆ, ਉਹਨੂੰ ਲੱਗਦਾ ਕਿ ਇਹਦੀ ਸ਼ਾਇਦ ਉਹਦੇ ਨਾਲ ਧੱਕਾ ਹੋ ਗਿਆ, ਉਹਦੇ ਨਾਲ ਜਿਹੜੀ ਕਿ ਇਹ ਲਾਈਨ ਐਕਸਟਰਾ ਲੱਗਦੀ ਆ। ਬੜਾ ਤੁਸੀਂ ਨੋਟ ਡਾਊਨ ਕਰ ਲਓ ਜਿਹਨੇ ਦੀ ਵੀ ਰਿਫਿਊਜ਼ਲ ਲਾਈ ਹੈ, ਕਿਉਂਕਿ ਮੈਂ ਹੱਲ ਵੀ ਦੇਣਾ ਵਾ ਤੇ ਜਿਹੜੀਆਂ ਨਵੀਆਂ ਫਾਈਲਸ ਲਾਉਣੀਆਂ ਉਹ ਵੀ ਸੋਚ ਸਮਝ ਕੇ ਫਾਈਲਸ ਲਾਉਣ। ਆ ਜਿਹੜੀ ਮਿਡਲ ਵਾਲੀ ਹੈ ਨਾ, ਪਹਿਲੀ ਤੇ ਜਿਹੜੀ ਕਾਮਨ ਜਿਹੜੀ ਹੈ ਕਲੋਜ਼, ਹਰ ਰਿਫਿਊਜ਼ਲ ਲੈਟਰ 'ਚ ਆਈ ਪਿਛਲੀਆਂ ਵੀ ਆਉਂਦੀਆਂ ਨੇ, ਪਰ ਨਵੀਂ ਹੁਣ ਜਿਹੜੀ ਕਿ ਆਈ ਨਵੀਂ ਕਲੋਜ਼ ਉਹਨਾਂ ਨੇ ਐਡ ਕੀਤਾ ਜਿੱਥੇ ਕਿ ਜੋਬ ਆਫ ਅ ਲੈਟਰ ਫਾਈਨੈਂਸ਼ੀਅਲ ਸੋਲੂਸ਼ਨ ਨੂੰ ਟਾਰਗੇਟ ਕੀਤਾ ਗਿਆ ਵਾ, ਤੁਹਾਡੇ ਜਿਹੜੇ ਕੀ ਆ ਮਤਲਬ ਕਿ ਜਿਹੜੇ ਕਿ ਤੁਹਾਡੇ ਫਾਈਨੈਂਸ ਤੁਹਾਡੇ ਕੋਲ ਕਿੰਨੇ ਉਹਨੂੰ ਟਾਰਗੇਟ ਕੀਤਾ ਗਿਆ। ਪਰ ਮੈਂ ਦੱਸ ਦਵਾਂ ਇਹ ਰਿਫਿਊਜ਼ਲ ਲੈਟਰਾਂ ਸਾਰੀਆਂ ਹੀ ਸੇਮ ਆ। ਸਾਡੇ ਕੋਲ ਕਾਫੀ ਬੱਚੇ ਆ ਚੁੱਕੇ ਆ, ਵਟਸਐਪ ਤੇ ਉਹਨਾਂ ਨੇ ਭੇਜੀਆਂ ਵਾ, ਆ ਜਿਹੜੇ ਸਪਾਊਸ ਓਪਨ ਵਰਕ ਪਰਮਿਟ ਦੀਆਂ ਰਿਫਿਊਜ਼ਲ ਆਈਆਂ, ਸੇਮ ਫਾਰਮੈਟ ਆਇਆ ਵਾ। ਤੇ ਇਸ ਲਈ ਕਹੂੰ, ਕਿਉਂਕਿ ਡਰਨ ਦੀ ਗੱਲ ਉਹਨਾਂ ਵਾਸਤੇ ਆ ਕਿਉਂਕਿ ਦੁਬਾਰਾ ਫਾਈਲ ਨਹੀਂ ਲੱਗਣੀ। ਜਿਹੜੇ PG ਵਾਲੇ ਬੱਚੇ ਆ, ਕੋਰਸ ਰੂਲ ਚੇਂਜ ਹੋ ਚੁੱਕੇ ਆ 18 ਮਾਰਚ ਤੋਂ ਲੈ ਕੇ ਜਿਹੜੀਆਂ ਪਹਿਲੀਆਂ ਫਾਈਲਸ ਲੱਗੀਆਂ, ਦੁਬਾਰਾ ਫਾਈਲ ਨਹੀਂ ਲੱਗਣੀ। ਸੋ ਬੱਚੇ ਬੜੇ ਪਰੇਸ਼ਾਨ ਆ, ਸੋ ਮੈਂ ਹੱਲ ਵੀ ਦੇ ਦੇਵਾਂ। ਪਹਿਲਾਂ ਤੋਂ ਦੱਸ ਦੇਵਾਂ, ਦੋ ਜਿਹੜੀਆਂ ਚੀਜ਼ਾਂ ਜਿਹੜੀਆਂ ਸਪਾਊਸ ਵੀਜ਼ਾ ਨੂੰ ਤੁਹਾਨੂੰ ਰੋਕ ਨਹੀਂ ਸਕਦੀਆਂ। ਪਹਿਲੀ ਚੀਜ਼ ਆ ਜੈਨੂਨ ਮੈਰਿਜ, ਦੂਜੀ ਚੀਜ਼ ਹੈਗੀ ਆ ਫਾਈਨੈਂਸ਼ੀਅਲ। ਤੁਹਾਨੂੰ ਜ਼ਰੂਰ ਆਪਣੀ ਫਾਈਲ 'ਚ ਇੰਨੇ ਕੁ ਸ਼ੋਅ ਕਰਾਓ ਕਿ ਅਗਲੇ ਸਾਲ ਦੀ ਫੀਸ ਦੇਣ ਜੋਗੇ ਪੈਸੇ ਜ਼ਰੂਰ ਆਉਣ। ਕਈ ਵਾਰੀ ਪਤਾ ਕਿ ਬੰਦਾ ਕਹਿੰਦਾ ਮੈਂ ਤਾਂ ਘੱਟ ਸ਼ੋਅ ਕਰਾਂ ਤੀ, ਮੇਰੇ ਤਾਂ ਆ ਗਿਆ ਨਹੀਂ ਵੀ, ਤਾਂ ਐਵੇਂ ਕਹਿੰਦੇ ਰਹਿੰਦੇ ਆ। ਕਿਉਂਕਿ ਜੇ ਅੱਜ ਤੱਕ ਸਾਡਾ ਸਪਾਊਸ ਵੀਜ਼ਾ ਦੇ ਵਿੱਚ ਜਿਹੜਾ ਸਕਸੈਸ ਰੇਟ ਸਾਡਾ ਬਹੁਤ ਵਧੀਆ ਰਿਹਾ, ਅਸੀਂ ਕਦੀ ਕੰਪਰੋਮਾਈਜ਼ ਨਹੀਂ ਕੀਤਾ, ਅਸੀਂ ਕਦੀ ਮੌਕੇ ਦੀ ਨਜ਼ਾਕਤ ਦੇ ਕੇ ਉਹਨੂੰ ਫਾਈਲ ਨਹੀਂ ਲਈ। ਅਸੀਂ ਹਮੇਸ਼ਾ ਆਪਣੇ ਪੂਰਾ ਐਫਰਟ ਲਾਇਆ ਕਿ ਜੇ ਰੜੂ ਸਖਤ ਵੀ ਹੋ ਜਾਣ ਕਿ ਹਾਂ ਬੱਚੇ ਦਾ ਕਿਤੇ ਨੁਕਸਾਨ ਜਿਹੜਾ ਨਾ ਹੋ ਸਕੇ। ਬਟ ਅੱਜ ਮੈਂ ਜਿੰਨਾ ਬੱਚਿਆਂ ਦਾ ਨੁਕਸਾਨ ਹੋਇਆ, ਜਿਹੜੇ ਬੱਚਿਆਂ ਦਾ ਸਾਰੀਆਂ ਚੀਜ਼ਾਂ ਹੋਈਆਂ ਜਿਹਨਾਂ ਨੂੰ ਰਿਫਿਊਜ਼ਲ ਆਈ ਆ, ਉਹਨਾਂ ਨੂੰ ਮੈਂ ਦੱਸੂਗਾ ਬੜਾ ਨਵੀਂ ਫਾਈਲ ਤੇ ਚਾਹੇ ਨਹੀਂ ਲੱਗ ਸਕਦੀ, ਬਟ ਯੈਸ ਤੁਸੀਂ ਰੀਕਨਸਿਡਰੇਸ਼ਨ ਪਾ ਸਕਦੇ ਆ। ਇਹ ਉਹ ਚੀਜ਼ ਆ ਜਿਹੜੀ ਮੈਂ ਪੁਰਾਣੀਆਂ ਵੀਡੀਓ 'ਚ ਮੈਂ ਕਹਾਂ, ਸਾਲ ਦੋ ਸਾਲ ਪਹਿਲਾਂ ਮੈਂ ਕਹਿੰਦਾ ਹੁੰਦਾ ਦੁਬਾਰਾ ਫਾਈਲ ਆ ਤੋਂ ਰੀਕਨਸਿਡਰੇਸ਼ਨ ਨਹੀਂ ਪਾਉਣੀ ਚਾਹੀਦੀ, ਹੁਣ ਦੁਬਾਰਾ ਫਾਈਲ ਤਾਂ ਨਹੀਂ ਲੱਗਣੀ, ਸੋ ਰੀਕਨਸਿਡਰੇਸ਼ਨ ਪਾਓ। ਇਹ ਮੈਂ ਤਾਂ ਕਹਿ ਰਿਹਾ, ਇਹ ਪਰਖਿਆ ਹੋਇਆ ਤਜਰਬਾ ਪੱਖੀਆਂ ਹੋਈਆਂ ਗੱਲਾਂ, ਵੀਜ਼ੇ ਲੈ ਆ ਰੀਕਨਸਿਡਰੇਸ਼ਨ ਤੇ ਦੁਬਾਰਾ। ਤੇ ਜੇ ਕਿਸੇ ਦੀ ਰਿਫਿਊਜ਼ਲ ਆਈ ਰੀਕਨਸਿਡਰੇਸ਼ਨ, ਬੱਚੇ ਬੜੇ ਆ ਰਹੇ ਹੋ ਕਹਿੰਦੇ ਜੀ ਮੈਂ ਆਪਣੇ ਖਾਤੇ 'ਚ ਹੋਰ ਪੈਸੇ ਜਮ੍ਹਾਂ ਕਰਾ ਲੈਂਦਾ ਜਾਂ ਮੈਂ ਇਹ ਕਰ ਦਿੰਦਾ, ਬਟ ਆਪਣੇ ਖਾਤੇ 'ਚ ਨਹੀਂ ਐਡ ਕਰਾਉਣਾ, ਹੋਰ ਉਹ ਕਿ ਮਿਸਰੈਪ੍ਰਜੈਂਟੇਸ਼ਨ ਹੋ ਜੂਗੀ, ਗਲਤ ਇਨਫੋਰਮੇਸ਼ਨ ਹੋ ਜੂਗੀ। ਸਟਾਰਟਿੰਗ 'ਚ ਕੁਛ ਹੋਰ ਕਹਿ ਰਿਹਾ ਸੀਗਾ, ਹੁਣ ਤੂੰ ਕੁਛ ਹੋਰ ਕਹਿ ਰਿਹਾ, ਪਹਿਲੇ ਤੂੰ 5-7 ਲੱਖ ਰੁਪਏ ਸ਼ੋਅ ਕਰਾਇਆ, ਹੁਣ ਤੂੰ 15-20 ਲੱਖ ਸ਼ੋਅ ਕਰਾਇਆ, ਇੱਕਦਮ ਕਿੱਥੋਂ ਪੈਸੇ ਆ ਗਏ, ਉਹ ਕੰਟਰਡਿਕਟ ਹੋ ਜਾਣਗੀਆਂ ਸਟੇਟਮੈਂਟ। ਉੱਥੇ ਤੁਸੀਂ ਕੀ ਕਰਨਾ, ਆਪਣੇ ਪੇਰੈਂਟਸ ਦੇ ਫਾਈਨੈਂਸ਼ੀਅਲ ਲਾ ਸਕਦੇ ਆ, ਆਪਣੀ ਵਾਈਫ ਦੇ ਪੇਰੈਂਟਸ ਦੇ ਫਾਈਨੈਂਸ਼ੀਅਲ ਲਾ ਸਕਦੇ ਆ, ਜੋ ਉਹਨਾਂ ਦੇ ਜਿਹੜਾ ਮੇਨ ਐਪਲੀਕੈਂਟ, ਜੇ ਤੁਹਾਡੀ ਵਾਈਫ ਉੱਥੇ ਹੈਗੀ ਆ, ਉਹਨਾਂ ਦੇ ਅਕਾਊਂਟ 'ਚ ਪੈਸੇ ਸ਼ੋਅ ਕਰਾ ਸਕਦੇ ਆ।
ਮੀਨਸ ਇੱਕੋ ਹੀ ਮਕਸਦ ਆ, ਦਿਖਾਓ ਕਿ ਤੁਹਾਡੇ ਕੋਲ ਉਹਨਾਂ ਦੀ ਅਗਲੇ ਸਾਲ ਦੀ ਫੀਸ ਦੇਣ ਦੇ ਪੈਸੇ ਹੈ ਜਾਂ ਉਹਨਾਂ ਨੇ ਫੀਸਾਂ ਦੇ ਚੁੱਕੇ ਆ, ਤੁਹਾਡੇ ਕੋਲ ਉੱਥੇ ਰਹਿਣ ਨੂੰ ਜਿੰਨਾ ਉਹਨਾਂ ਦਾ ਵੀਜ਼ਾ ਦੀ ਡਿਊਰੇਸ਼ਨ ਰਹਿ ਗਈ ਹੈਗੀ ਆ, ਤੁਹਾਡੇ ਕੋਲ ਉਹਦੇ ਵਾਸਤੇ ਜਿਹੜੇ ਕਿ ਪੈਸੇ ਜ਼ਰੂਰ ਹੈਗੇ ਆ। ਇੱਕ ਚੀਜ਼ ਹੋਰ ਖਿਆਲ ਰੱਖਣੀ ਹੈਗੀ, ਜਿਹੜਾ ਰਿਫਿਊਜ਼ਲ ਦਾ ਰੀਜ਼ਨ ਬਣ ਰਿਹਾ ਵਾ, ਤੁਹਾਡੀ ਜੇ ਸਪਾਊਸ ਦੀ ਪੜ੍ਹਾਈ ਖਤਮ ਹੋਣ ਵਾਲੀ ਆ, 15-20 ਦਿਨ ਰਹਿ ਗਏ ਆ, ਜਾਂ ਤਾਂ ਫਾਈਲ ਆਪਣੀ ਵਿਦਰੋਅ ਕਰਾ ਲਓ ਜਾਂ ਆਪਣੇ ਸਪਾਊਸ ਦੀ ਨਵੀਂ ਐਪਲੀਕੇਸ਼ਨ ਅਗਲੇ ਸਾਲ ਦੀ ਪੜ੍ਹਾਈ LOA ਨਾਲ ਦੀ ਨਾਲ ਜਿਹੜੀ ਕਿ ਅਪਡੇਟ ਕਰ ਦਿਓ, ਉਹਦੀ ਤਾਂ ਨੁਕਸਾਨ ਜ਼ਰੂਰ ਹੋਜੂਗਾ। ਇਹ ਚੀਜ਼ਾਂ ਦਾ ਖਿਆਲ ਜ਼ਰੂਰ ਰੱਖਣਾ ਵਾ। ਦੁਬਾਰਾ ਰਿਪੀਟ ਕਰੂੰਗਾ, ਪਹਿਲੀ ਜੈਨੂਨ ਮੈਰਿਜ ਚਾਹੀਦਾ ਬੇਟਾ, ਫੇਕ ਮੈਰਿਜ ਤਾਂ ਮੈਂ ਤਾਂ ਕਹੂੰਗਾ ਜੇ ਵੀਜ਼ਾ ਆ ਗਿਆ ਉਹ ਤੁਹਾਡੀ ਕਿਸੇ ਦਾ ਉਹ ਅਸੀਂ ਡੀਲ ਨਹੀਂ ਕਰਦੇ। ਦੂਜੀ ਚੀਜ਼ ਆ ਫਾਈਨੈਂਸ਼ੀਅਲਸ ਇੰਨੇ ਕੁ ਦਿਖਾਓ ਕਿ ਜਿਹੜੇ ਤੁਹਾਡੇ ਸਪਾਊਸ ਦੀ ਉੱਤੇ ਫੀਸ ਦੇਣ ਨੂੰ ਪੈਸੇ ਆ ਉਹ ਜ਼ਰੂਰ ਤੁਹਾਡੇ ਖਾਤਿਆਂ 'ਚ ਹੋਣੇ ਚਾਹੀਦੇ ਆ। ਤੀਜੀ ਚੀਜ਼ ਜਿਹੜੀ ਮੈਂ ਤੁਹਾਨੂੰ ਇੱਕ ਹੋਰ ਇੱਥੇ ਇੰਪੋਰਟੈਂਟ ਐਡਵਾਈਸ ਜਿਹੜੀ ਤੁਹਾਨੂੰ ਕਰਨੀ ਚਾਹੂੰਗਾ, ਤੁਹਾਡੇ ਸਪਾਊਸ ਦਾ ਪੜ੍ਹਾਈ ਹਜੇ ਉੱਥੇ ਚਾਹੀਦੀ ਆ। ਕਈਆਂ ਨੇ ਕੀ ਸਪਾਊਸ ਇੱਕ ਕੇਸ ਮੇਰੇ ਤੋਂ ਹੋ ਰਿਹਾ ਸੀ ਜਿਹਦੀ ਨਾ ਪੜ੍ਹਾਈ ਹੁਣ ਅਪ੍ਰੈਲ 'ਚ ਖਤਮ ਹੋਣ ਵਾਲੀ ਸੀਗੀ ਅਤੇ ਉਹਨਾਂ ਨੇ ਸਪਟੰਬਰ 'ਚ ਦੁਆਰਾ ਪੜ੍ਹਨਾ ਸੀ ਪਰ ਉਹਨੇ LOA ਅਟੈਚ ਨਹੀਂ ਕੀਤੀ ਸੀ, ਤਾਂ ਜ਼ਰੂਰ ਮੈਂ ਤਾਂ ਕਹੂੰਗਾ LOA ਨਾਲ ਦੀ ਨਾਲ ਅਟੈਚ ਕਰੋ। ਯੈਸ, ਰੀਕੰਸਿਡਰੇਸ਼ਨ ਅਪਲਾਈ ਕਰੋ ਜਿਹਨਾਂ ਦੀ ਵੀ ਰਿਫਿਊਜ਼ਲ ਲੈਟਰ ਰਿਫਿਊਜ਼ਲਾਂ ਜਿਹੜੀਆਂ ਆਈਆਂ, ਤੇ ਬਿਲਕੁਲ ਤੁਸੀਂ ਹਜੇ ਵੀ ਆਫਟਰ ਰਿਫਿਊਜ਼ਲ ਉਹੀ ਫਾਈਲ ਤੇ ਸੇਮ ਖਰਚੇ ਤੇ ਬਿਨਾਂ ਕਿਸੇ ਐਂਬੈਸੀ ਫੀਸ ਦਿੱਤੇ ਹੋਏ ਤੁਸੀਂ ਆਪਣੇ ਵੀਜ਼ੇ ਦੀ ਉਮੀਦ ਜ਼ਰੂਰ ਕਰ ਸਕਦੇ ਹੋ। ਵੈਰੀ ਪੋਜ਼ਿਟਿਵ, ਕਿਉਂਕਿ ਜੇ ਤਾਂ ਸਿਰਫ ਇੱਕੋ ਕਲੋਜ਼ ਤੇ ਲੱਗ ਕੇ ਆ ਗਿਆ ਤੁਹਾਡੀ ਮੈਰਿਜ ਤੇ ਕਿ ਜੈਨੂਨ ਨਹੀਂ ਆ, ਜੇ ਕੋਈ ਪ੍ਰੂਫ ਤੁਸੀਂ ਲਾਏ ਫਿਰ ਨਹੀਂ ਵੀਜ਼ਾ ਆਉਣਾ, ਬਟ ਜੇ ਇਹ ਕਲੋਜ਼ ਲੱਗੇ ਆ ਡੈਫੀਨੇਟਲੀ ਰੀਕੰਸਿਡਰੇਸ਼ਨ ਦੇ ਵਿੱਚ ਤੁਸੀਂ ਦੁਬਾਰਾ ਟਾਈਮ ਲੈਂਦੇ ਹੋਏ ਅਪਲਾਈ ਕਰਕੇ ਜ਼ਰੂਰ ਤੁਸੀਂ ਆਪਣਾ ਵੀਜ਼ਾ ਲੈ ਸਕਦੇ ਆ। ਐਂਡ ਚੈੱਕ ਵਾਰੀ ਦੁਬਾਰਾ ਫੇਰ ਕਹਿਣਾ ਚਾਹੂੰਗਾ ਇੱਕੋ ਹੀ ਮਕਸਦ ਆ ਸਾਡਾ, ਤੁਹਾਨੂੰ ਅਵੇਅਰ ਕਰਨਾ, ਤੁਹਾਨੂੰ ਅਪਡੇਟ ਰੱਖਣਾ ਤੇ ਤੁਹਾਨੂੰ ਸੱਚਾਈ ਨਾਲ ਰੂਬਰੂ ਕਰਾ ਕੇ ਰੱਖਣਾ, ਚਾਹੇ ਉਹ ਸੱਚ ਕੌੜਾ ਕਿਉਂ ਨਾ ਹੋਵੇ, ਕਿਉਂਕਿ ਸੱਚ ਨੇ ਸੱਚ ਹੀ ਰਹਿਣਾ ਵਾ। ਪਰ ਮੈਂ ਉਮੀਦ ਕਰਦਾ ਵਾਂ ਵੱਧ ਤੋਂ ਵੱਧ ਬੱਚਿਆਂ ਦਾ, ਵੱਧ ਤੋਂ ਵੱਧ ਐਪਲੀਕੈਂਟਸ ਦਾ ਜ਼ਰੂਰ ਫਾਇਦਾ ਹੋਵੇਗਾ। ਬਿਲਕੁਲ ਜੀ, ਸੋ 85-578 85-578 ਨੰਬਰ ਹੈ, ਤੁਸੀਂ ਤੀਰਥ ਜੀ ਦੇ ਨਾਲ ਖੁਦ ਗੱਲ ਕਰੋ, ਪਰਸਨਲੀ ਗੱਲ ਕਰੋ, ਵਿਜ਼ਿਟ ਕਰੋ, ਪੂਰੀ ਕਲੈਰਿਟੀ ਲਓ, ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਲਓ। ਬਹੁਤ ਬਹੁਤ ਧੰਨਵਾਦ ਜੀ।